ਇੱਕ ਨਿੱਜੀ ਹਸਪਤਾਲ ਦੇ ਵਿੱਚ 15 ਸਾਲ ਦੀ ਲੜਕੀ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਡਾਕਟਰ ਦੇ ਉੱਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ। ਜਦਕਿ ਦੂਜੇ ਪਾਸੇ ਡਾਕਟਰ ਦਾ ਕਹਿਣਾ ਕਿ ਲੜਕੀ ਦੇ ਲਗਾਤਾਰ ਸੈੱਲ ਘਟ ਰਹੇ ਸੀ ਅਤੇ ਉਸਨੂੰ ਰੈਫਰ ਵੀ ਕੀਤਾ ਸੀ, ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸਨੂੰ ਨਹੀਂ ਲਿਜਾਇਆ ਗਿਆ, ਜਿਸ ਦੇ ਕਾਰਨ ਉਸਦੀ ਹੁਣ ਮੌਤ ਹੋ ਗਈ ਹੈ। ਤਾਂ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ। ਮਾਛੀਵਾੜਾ ਸਾਹਿਬ ਦੇ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਇਲਾਜ ਦੌਰਾਨ ਹੋਈ 15 ਸਾਲਾ 10ਵੀਂ ਕਲਾਸ ਦੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਗੇਟ ਅੱਗੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਹਸਪਤਾਲ ਦੇ ਡਾਕਟਰ ਵਿਰੁੱਧ ਲਾਪਰਵਾਹੀ ਦਾ ਦੋਸ਼ ਲਗਾਇਆ। ਬੁਖਾਰ ਹੋਣ ਤੇ ਇਸ ਹਸਪਤਾਲ ਵਿੱਚ ਦਾਖਲ ਕਰਵਾਈ ਗਈ ਸੀ। ਫਿਲਹਾਲ ਮਾਮਲਾ ਪੁਲਿਸ ਸਟੇਸ਼ਨ ਪਹੁੰਚ ਗਿਆ ਤੇ ਥਾਣਾ ਮੁਖੀ ਨੇ ਕਾਰਵਾਈ ਦਾ ਭਰੋਸਾ ਵੀ ਦਿੱਤਾ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਨੂੰ ਬੁਖਾਰ ਸੀ, ਜਿਸ ਨੂੰ ਇਲਾਜ ਲਈ 30 ਸਤੰਬਰ ਨੂੰ ਇਲਾਕੇ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਇਸ ਦੇ ਸੈੱਲ ਘਟੇ ਹੋਏ ਨੇ ਤੇ ਪੀਲੀਆ ਵੀ ਹੈ। ਅੱਜ ਅਚਾਨਕ ਡਾਕਟਰਾਂ ਨੇ ਕਿਹਾ ਕਿ ਉਸਦੀ ਲੜਕੀ ਦੇ ਸੈੱਲ ਬਹੁਤ ਘੱਟ ਹਨ ਅਤੇ ਉਹ ਹਸਪਤਾਲ ਦਾ ਬਣਦਾ ਬਿੱਲ ਅਦਾ ਕਰਕੇ ਉਸਨੂੰ ਕਿਸੇ ਹੋਰ ਹਸਪਤਾਲ ਵਿੱਚ ਲੈ ਜਾਣ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸ ਕੋਲ ਬਿੱਲ ਦੀ ਅਦਾਇਗੀ ਲਈ ਰਾਸ਼ੀ ਘੱਟ ਸੀ, ਪਰ ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਪੂਰਾ ਬਿੱਲ ਅਦਾ ਕਰ ਮਰੀਜ਼ ਨੂੰ ਲੈ ਕੇ ਜਾਓ। ਤਾਂ ਜਿਸ ਤੋਂ ਬਾਅਦ ਉਸਨੇ ਦੱਸਿਆ ਕਿ ਜਦੋਂ ਆਪਣੀ ਲੜਕੀ ਨੂੰ ਹਸਪਤਾਲ 'ਚੋਂ ਛੁੱਟੀ ਕਰਵਾ ਖੰਨਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਉੱਥੇ ਕੁਝ ਸਾਹ ਲੈਣ ਉਪਰੰਤ ਹੀ ਉਸਨੇ ਦਮ ਤੋੜ ਦਿੱਤਾ। ਉਸਨੇ ਹਸਪਤਾਲ 'ਤੇ ਦੋਸ਼ ਲਗਾਏ ਕਿ ਜੇਕਰ ਪਹਿਲੇ ਦਿਨ ਹੀ ਮਰੀਜ਼ ਦੀ ਸਥਿਤੀ ਗੰਭੀਰ ਸੀ ਤਾਂ ਉਸਨੂੰ ਰੈਫਰ ਕਰ ਦਿੱਤਾ ਜਾਂਦਾ ਅਤੇ ਇੱਥੇ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸੁਲੋਚੀ ਕੁਮਾਰੀ ਹਮਾਰੀ ਬੇਟੀ ਹੈ, 10ਵੀਂ ਮੇਂ ਪੜ੍ਹਤੀ ਹੈ ਕੰਨਿਆ ਸਕੂਲ ਮੇਂ, ਔਰ ਵੋ ਬਿਮਾਰ ਥੀ ਆਜ ਸੇ 3 ਦਿਨ ਪੀਛੇ ਜੋ ਹੈ ਉਸਕੋ ਬੁਖਾਰ ਆਤਾ ਥਾ। ਫਿਰ ਹਮ ਉਸਕੋ 29 ਤਾਰੀਖ ਕੋ 9 ਵਜੇ ਉਨਕੋ ਜੋ ਹੈ ਘਰ ਕੇ ਨਰਸਿੰਗ ਹੋਮ ਮੇਂ ਭਰਤੀ ਕਰਵਾਏ, ਔਰ ਭਰਤੀ ਕਰਾਨੇ ਕੇ ਬਾਅਦ ਉਨ੍ਹੋਨੇ ਉਸਕਾ ਰਿਪੋਰਟ ਲਿਆ। ਉਨ੍ਹੋਨੇ ਕਹਾ ਇਨਕੇ ਸੈੱਲ ਡਾਊਨ ਹੈ, ਪੀਲੀਆ ਹੈ, ਔਰ ਜੋ ਹੈ ਇਨਕੇ ਲੀਵਰ ਮੇਂ ਸੂਜਨ ਹੈ। ਤੋ ਮੈਨੇ ਕਹਾ ਠੀਕ ਹੈ। ਉਸਕੇ ਬਾਅਦ ਜੋ ਹੈ ਕਿ ਫਿਰ ਦਵਾ ਚਲਤਾ ਰਹਾ। ਉਸਕੇ ਬਾਅਦ ਆਜ ਕੀ ਵਾਰਦਾਤ ਹੈ, ਜਬ ਮੇਰਾ ਬੱਚਾ ਕਾ ਸੈੱਲ ਡਾਊਨ ਹੈ ਤੋ ਆਪਕੇ ਪਾਸ ਇੱਕ ਤੋਂ ਵੋ 24 ਘੰਟਾ ਬੀਤਾ ਦਿਨੋ ਰਾਤ, ਔਰ ਆਜ ਕਾ ਦਿਨ ਬੀਤ ਰਹਾ ਹੈ। ਤੋ ਆਪ ਪਹਿਲੇ ਦੇਖੀਏ, ਆਪ ਡਾਕਟਰ ਹੈ, ਆਪਕਾ ਫਰਜ਼ ਹੈ। ਜਬ ਆਪ ਡਾਕਟਰ ਹੈ, ਆਪਕੇ ਪਾਸ ਮਰੀਜ਼ ਹੈ, ਆਪ ਰਿਪੋਰਟ ਲੈ ਰਹੇ ਹੈ, ਤੋ ਰਿਪੋਰਟ ਮੇਂ ਕਮੀ ਹੈ ਘਟੀ ਤੋ ਆਪਨੇ ਦੇਖਣਾ ਹੈ। ਰਿਪੋਰਟ ਕਿਆ ਆਪਕੀ ਬਤਾ ਰਹੀ ਹੈ, ਰਿਪੋਰਟ ਕਹਿ ਰਹੀ ਹੈ ਉਸਕੋ ਸੈੱਲ ਪਾਨੇ ਕੇ ਲਈ ਤੋ ਆਪ ਸੈੱਲ ਪਾਈਏ। ਹਮਾਰਾ ਘਰ ਮਕਾਨ ਹੈ, ਹਮ ਥੋੜ੍ਹੀ ਨਾ ਐਸੇ ਕਿਰਾਏ ਮੇਂ ਭਟਕੇ ਕਿ ਆਪਕਾ ਪੈਸਾ ਡੁਬਾ ਜਾਏਂਗੇ। ਹਮੇ ਕਰਜ਼ਾ ਲੈਣਾ ਹੋਤਾ ਤੋ ਹਮ ਆਪਣਾ ਸਮਾਨ ਵੇਚ ਕੇ ਵੀ ਆਪਕੇ ਪੈਸੇ ਦੇਤੇ। ਆਪਕਾ ਫਰਜ਼ ਹੈ ਪਹਿਲੇ ਮਰੀਜ਼ ਕੋ ਸੈੱਲ ਪਾਓ। ਹਮੇ ਆਪ ਕਹਿ ਰਹੇ ਹੋ 12,000 ਮੇਂ ਸੈੱਲ ਸਿਮਰਾਲਾ ਮਿਲਤਾ ਹੈ, ਵਹਾਂ ਸੇ ਲੈ ਆਓ। ਕਿਆ ਆਪ ਡਾਕਟਰ ਕਾ ਆਪਕਾ ਯਹੀ ਫਰਜ਼ ਹੈ? ਆਪ ਸੈੱਲ ਨਹੀਂ ਲਿਆ ਕੇ ਲਗਾ ਸਕਤੇ, ਮਰੀਜ਼ ਕੋ ਠੀਕ ਨਹੀਂ ਕਰ ਸਕਤੇ ਹੈਂ ਆਪ। ਗਰਗ ਨਰਸਿੰਗ ਹੋਮ ਮੇਂ ਆਗੇ ਫਿਰ ਸਰ ਆਜ ਕਲ ਕਾ ਰਿਪੋਰਟ ਕਾ ਸੈੱਲ ਉਸਨੇ ਬੋਲਾ ਠੀਕ ਹੈ, ਆਜ 17,000 ਉਸਕਾ ਸੈੱਲ ਰਹਾ, ਔਰ ਜਬ ਯਹਾਂ ਸੇ ਜਬ ਵੋ ਜਬ ਹਮਕੋ ਅਬ ਰੈਫਰ ਵੀ ਕਰ ਰਹਾ ਹੈ ਤੋ 10,000 ਪੂਰਾ ਮਾਂਗੇ, ਮੇਰਾ 10,000 ਬਣਾ, ਮੇਰਾ 10,000 ਦੋ। ਉਹਨੇ ਦਵਾਈ ਵੀ ਬੰਦ ਕਰ ਦੀ ਉਸੀ ਸਮੇਂ, ਔਰ ਫਿਰ ਉਨਕੋ ਹਮ ਯਹਾਂ ਵਹਾਂ ਸੇ ਲੈ ਕੇ 3,000 ਰੁਪਇਆ ਪਹਿਲੇ ਦੀਏ, ਫਿਰ 3,000 ਦੀਏ, ਟੋਟਲ 6,000 ਉਨਕੋ ਦੀਏ, ਔਰ ਉਨਕੇ ਬਾਅਦ ਵੀ ਜੋ ਤਬ ਮੁਝਕੋ ਵਹਾਂ ਸੇ ਜਾਣੇ ਦੀਆ, ਔਰ ਉਸਨੇ ਕਹਾ ਐਂਬੂਲੈਂਸ ਕਰ ਦੂੰ। ਤੋ ਮੈਨੇ ਕਹਾ ਐਂਬੂਲੈਂਸ ਨਹੀਂ, ਐਂਬੂਲੈਂਸ ਨਹੀਂ ਕਰਨਾ, 2,000 ਲਗਾ, ਮੈਂ 2,000 ਵੀ ਕਹਾਂ ਸੇ ਲੂੰਗਾ, ਮੁਝੇ ਆਗੇ ਮੇਂ ਵੀ ਤੋ ਪੈਸੇ ਚਾਹੀਏ। ਮੈਂ ਪ੍ਰਸ਼ਾਸਨ ਸੇ ਇਹੀ ਮਾਂਗ ਕਰ ਰਹਾ ਹੂੰ ਕਿ ਸਰ ਜੀ ਇਸਮੇ ਮੇਰੇ ਹਾਂ ਜੋ ਆਪਸੇ ਬੇਨਤੀ ਹੈ ਕਿ ਇਸਮੇ ਡਾਕਟਰ ਸਾਹਿਬ ਕੇ ਲਾਪਰਵਾਹੀ ਹੈ, ਪੂਰਾ ਲਾਪਰਵਾਹੀ ਹੈ। ਆਪਕੋ 24 ਘੰਟਾ ਪਹਿਲੇ ਆਪਕੇ ਸਭਸੇ ਮੇਨ ਬਾਤ ਹੈ ਕਿ 24 ਘੰਟਾ ਮਰੀਜ਼ ਆਪਕੇ ਪਾਸ ਹੈ, 24 ਘੰਟੇ ਮੇਂ ਆਪਕੇ ਪਾਸ ਅਗਰ ਆਪਕਾ ਕੈਪੈਸਿਟੀ ਬਚਾਨੇ ਕਾ ਹੈ, ਭਰਨੇ ਆਗੇ ਭਰਤੀ ਕਰਨੇ ਕਾ, ਤੋ ਵੋ ਆਪ ਕਰ ਸਕਤੇ ਹੈਂ। ਇੱਕ ਨਾਗਰਿਕ ਹੋਣੇ ਕੇ ਨਾਤੇ ਆਪ ਹਮਾਰੀ ਹੈਲਪ ਕਰ ਸਕਤੇ ਹੈ, ਐਸਾ ਵੀ ਆਪਨੇ ਨਹੀਂ ਕੀਆ। ਨਾਗਰਿਕ ਤਾਂ ਨਾਗਰਿਕ ਛੋੜੀ ਹੈ, ਆਪਨੇ ਤੋ ਕੁਛ ਵੀ ਹੈਲਪ ਨਹੀਂ ਕੀਆ। ਮੇਰੇ ਕੋਲ ਨਾ ਇਹ ਪਰਸੋਂ ਆਏ ਸੀ 12-1 ਵਜੇ,
ਚਾਰ ਪੰਜ ਦਿਨ ਤੋਂ ਪਹਿਲਾਂ ਫੀਵਰ ਚੱਲ ਰਿਹਾ ਸੀ ਤੇ ਪਰਸੇ ਆਏ ਸੀ ਉਦੋਂ ਹੀ ਮੈਂ ਬਲੱਡ ਚੈੱਕ ਕਰਵਾਇਆ ਸੀਗਾ ਉਹਦੇ ਸੈੱਲ ਘੱਟ ਆਏ ਸੀ 39 ਆਏ ਸੀਗੇ ਤੇ ਉਦੋਂ ਮੈਨੂੰ ਕਿਹਾ ਸੀ ਮੈਂ ਸੈੱਲ ਬਹੁਤ ਘੱਟ ਨੇ ਸੈੱਲ ਚੜ੍ਹਾਉਣ ਦੀ ਲੋੜ ਪੈ ਸਕਦੀ ਹੈ ਪਰ ਆਪਣਾ ਪੂਰੀ ਸਟੇਬਲ ਹੈਗੀ ਹੈ ਚਲੋ ਬੀਪੀ ਵਗੈਰਾ ਠੀਕ ਸੀਗਾ ਟਾਈਮ ਆਪਣਾ ਟੈਂਪਰੇਚਰ ਸੀਗਾ ਉਹਨਾਂ ਨਾਲ ਤੇ ਕੱਲ੍ਹ ਮੈਂ ਚੈੱਕ ਕਰਾਇਆ ਸੀ ਕੱਲ੍ਹ ਉਹਦੀ ਆਏ ਸੀ 24,000 ਰੁਪਈਏ 24,000 ਸੈੱਲ ਮੈਂ ਕਿਹਾ ਹਜੇ ਸੈੱਲ ਮੈਂ ਹੁਣ ਘੱਟ ਰਹੇ ਨੇ ਆਪਾਂ ਨੂੰ ਤੂੰ ਸੈੱਲ ਚੜ੍ਹਾ ਲਾ ਉਹ ਕਹਿੰਦਾ ਹਜੇ ਵੀ ਕਹਿੰਦਾ ਕਿੰਨੇ ਗ੍ਰਾਮ ਦੇ ਸੈੱਲ ਮੈਂ ਸੈੱਲ ਥੋੜ੍ਹੇ ਜਿਹੇ ਆਉਂਦੇ 12,000 ਦੇ ਸੈੱਲ ਮਿਲੇ ਆ ਕਹਿੰਦਾ ਡਾਕਟਰ ਸਾਹਿਬ ਤੁਸੀਂ ਟ੍ਰੀਟਮੈਂਟ ਕਰਕੇ ਦੇਖੋ ਦਵਾਈਆਂ ਦੇ ਕੇ ਦੇਖੋ ਜੇ ਦੱਸ ਠੀਕ ਹੋ ਜਾਂਦੇ ਜਦੋਂ ਠੀਕ ਹੈ ਕਿ ਮੈਂ ਹੁਣ ਇੱਥੇ ਦਵਾਈ ਵੀ ਦੇ ਕੇ ਦੇਖੀ ਉਹਨੂੰ ਦੇਤੀ ਸੀ ਅੱਜ ਸਵੇਰੇ ਫਿਰ ਮੈਂ ਦੁਬਾਰਾ ਚੈੱਕ ਕਰਾਏ ਅੱਜ ਉਹਦੇ ਆਈ 14,000 ਮੈਂ ਦੁਬਾਰਾ ਫਿਰ ਰਿਪੀਟ ਕਰਾਏ ਇੱਥੇ ਨਾਲ ਪਬਲਿਕ ਲੈਬ ਹੈਗੀ ਆ ਉੱਥੇ ਆਏ ਸੀ 17,000 ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਸੈੱਲ ਇਹਦੇ ਘੱਟ ਗਏ ਨੇ ਹੁਣ ਸੈੱਲ ਚੜ੍ਹਾਉਣ ਦੀ ਲੋੜ ਪੈਣੀ ਆ ਆਪਾਂ ਨੂੰ ਜ਼ਿਆਦਾ ਸੈੱਲ ਲਿਆ ਸੈੱਲ ਚੜ੍ਹਾ ਦਿੰਦੇ ਹਾਂ ਨਹੀਂ ਫਿਰ ਤੂੰ ਸਰਕਾਰੀ ਹਸਪਤਾਲ 'ਚ ਲੈ ਜਾ ਜਿਹਦੇ ਕੋਲ ਨਹੀਂ ਬਣਦੇ ਫਿਰ ਸਰਕਾਰੀ ਹਸਪਤਾਲ ਲੈ ਜਾ ਜਾਂ ਮੈਂ ਕਿਤੇ ਹੋਰ ਕਰਦਾ ਫਿਰ ਕੁੜੀ ਸਟੇਬਲ ਸੀਗੀ ਮੇਰੇ ਕੋਲ ਤਾਂ ਜੀ ਪਰਸੋਂ ਆਈ ਆ ਪਹਿਲਾਂ 5-6 ਦਿਨ ਤੋਂ ਬੁਖਾਰ ਸੀਗਾ ਜਿਵੇਂ ਪਿੰਡ ਪਤਾ ਨਹੀਂ ਕਿੱਥੋਂ ਦਵਾਈ ਲੈਂਦੀ ਸੀ ਕੋਈ ਲੋਕਲ ਡਾਕਟਰ ਸੀ ਉੱਥੋਂ ਦਵਾਈ ਲੈਣੀ ਸੀ ਮੇਰੇ ਕੋਲ ਪਰਸੋਂ ਆਏ ਨੇ ਪਹਿਲਾਂ ਨਹੀਂ ਸੀ ਆਏ ਕਦੇ ਪਰਸੋਂ ਮੇਰੇ ਕੋਲ 39 ਸੀਗੇ ਪਰਸੋਂ 39 ਸੀਗੇ ਸਟੇਬਲ ਸੀਗੇ ਬੀਪੀ ਠੀਕ ਸੀਗਾ ਟੈਂਪਰੇਚਰ ਸੀਗਾ ਟੈਂਪਰੇਚਰ ਨੋਰਮਲ ਆ ਗਿਆ ਸੀ ਕੱਲ੍ਹ ਟੈਂਪਰੇਚਰ ਠੀਕ ਹੋ ਗਿਆ ਸੀ ਨਾਲ ਇਹਨੂੰ ਜੋਂਡਸ ਵੀ ਸੀਗਾ ਲੀਵਰ ਇਫੈਕਟਡ ਸੀਗਾ ਕਾਫੀ ਜ਼ਿਆਦਾ ਤੇ ਲੀਵਰ ਦੀ ਦਵਾਈ ਵੀ ਨਾਲ ਚੱਲ ਰਹੀ ਸੀ ਨਾਲ ਇਹਨੂੰ ਉਹ ਸੀਗਾ ਕਿ ਅੱਜ ਜਦੋਂ ਸੈੱਲ ਜ਼ਿਆਦਾ ਡਾਊਨ ਹੋ ਗਏ ਉਦੋਂ ਮੈਂ ਕਿਹਾ ਮੈਂ ਕਿਹਾ ਅੱਜ ਸੈੱਲ ਚੜ੍ਹਾਉਣ ਦੀ ਲੋੜ ਹੈ ਤੂੰ ਸੈੱਲ ਲਿਆ ਕਹਿੰਦਾ ਮੈਂ ਲੈ ਕੇ ਆਉਂਦਾ ਮੈਂ ਸਵੇਰੇ 9 ਵਜੇ ਕਹਿਤਾ ਤੂੰ ਸੈੱਲ ਲਿਆ ਆਪਾਂ ਸੈੱਲ ਚੜ੍ਹਾ ਦਿੰਦੇ ਹਾਂ ਕਹਿੰਦਾ ਜੀ ਮੈਂ ਦੇਖਦਾ ਮੈਂ ਅਰੇਂਜਮੈਂਟ ਕਰਦਾ ਵਾਂ ਅਰੇਂਜਮੈਂਟ ਕਰਦੇ ਕਰਦੇ ਨਹੀਂ ਇੱਕ ਵਜਾ ਤਾਂ 1 ਵਜੇ ਫਿਰ ਕਹਿੰਦਾ ਜੀ ਮੈਨੂੰ ਤੁਸੀਂ ਰੈਫਰ ਕਰ ਦਿਓ ਮੈਂ ਹੁਣ ਲੈ ਕੇ ਜਾਣਾ ਮੈਂ ਤੁਹਾਨੂੰ ਲੈ ਕੇ ਚੱਲੂ ਮੈਂ ਉਹਨੂੰ ਰੈਫਰ ਕਰਤਾ ਖੰਨੇ ਅਮਰਵੀਰ ਦੇ ਡਾਕਟਰ ਦੇ ਲੈ ਗਏ ਅਮਰਵੀਰ ਦੇ ਡਾਕਟਰ ਦੇ ਪਤਾ ਦਾਖਲ ਹੋਏ ਨਹੀਂ ਹੋਏ ਉੱਥੋਂ ਫਿਰ ਵਾਪਸ ਆਏ ਮੈਂ ਉਹਨੂੰ ਸਵੇਰੇ ਕਹਿਤਾ ਸੀ ਮੈਂ ਕਿਹਾ ਜੇ ਤੇਰੇ ਕੋਲ ਗੱਡੀ ਨਹੀਂ ਹੈਗੀ ਮੈਂ ਗੱਡੀ ਤੈਨੂੰ ਕਰ ਦਿੰਦਾ ਵਾਂ ਵੀ ਮੈਂ ਤੈਨੂੰ ਭੇਜ ਦਿੰਦਾ ਵਾਂ ਉਹ ਕਹਿੰਦੇ ਜੀ ਨਹੀਂ ਕਹਿੰਦੇ ਅਸੀਂ ਸਾਡੀ ਆਪਣੀ ਗੱਡੀ ਹੈਗੀ ਹੈ ਅਸੀਂ ਆਪਣੀ ਗੱਡੀ ਲੈ ਕੇ ਜਾਵਾਂਗੇ ਤੇ ਦੂਜੀ ਗੱਲ ਜਿਹੜੀ ਆਕਸੀਜਨ ਦੀ ਗੱਲ ਕਰਦੇ ਹਾਂ ਆਕਸੀਜਨ ਉਹਦੀ ਹੁਣ ਵੀ ਚੈੱਕ ਕਰ ਸਕਦੇ ਹਾਂ ਆਕਸੀਜਨ ਉਹਦੀ 99 ਨਹੀਂ ਸੀਗੀ SpO2 ਦਾ ਘੱਟ ਨਹੀਂ ਸੀ ਆਕਸੀਜਨ ਠੀਕ ਸੀ ਡੇਂਗੂ ਹੋਵੇ ਜਾਂ ਸੈੱਲ ਘੱਟ ਹੋਣ ਉਹ 'ਚ ਆਕਸੀਜਨ ਨਹੀਂ ਘੱਟਦੀ ਹੈਗੀ ਆਕਸੀਜਨ ਨੋਰਮਲ ਰਹਿੰਦੀ ਹੈ ਪੂਰੀ ਹੋਸਟਰੀ ਪੂਰੀ ਮੇਰਾ ਸਾਰੇ ਗੱਲਾਂ ਮਾਰੀਆਂ ਨੇ ਨਾਲ ਪੇਸ਼ੈਂਟ ਪਏ ਨੇ ਉਹਨਾਂ ਪੁੱਛ ਲਓ ਵੀ ਗੱਲਾਂ ਮਾਰਦੀ ਪਰ ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਕਿ ਸਾਡੀ ਕੁੜੀ ਅੱਜ ਬੋਲੀ ਹੋਣੀ ਹੈਗੀ ਬਈ ਹੋਸਟ ਨਹੀਂ ਬੋਲਦੀ ਸੀਗੀ ਕੁੜੀ ਥੋੜੀ ਕਰਦੀ ਸੀ ਉਹ ਸਾਡੇ ਸੈੱਲ ਘੱਟ ਘੱਟ ਕਰ ਰਹੀ ਸੀ ਥੋੜੀ 15 ਸਾਲ ਦੀ ਕੁੜੀ ਸੀ ਹੋ ਸਕਦਾ ਵਾ ਥੋੜੀ ਜਿਹੀ ਉਹ ਨਰਵਸ ਹੋ ਗਈ ਇਸ ਤਰ੍ਹਾਂ ਹੁੰਦਾ ਹੈਗਾ ਜਿਹੜਾ ਵੀ ਸੈੱਲ ਹੁੰਦੇ ਨੇ ਜਾਂ ਬਲੱਡ ਆਪਾਂ ਟ੍ਰਾਂਸਫਿਊਜ਼ ਕਰਨਾ ਜਾਂ ਸੈੱਲ ਚੜਾਉਣੇ ਆ ਇਹ ਗਵਰਨਮੈਂਟ ਦੀ ਸਪੈਸ਼ਲ ਇੱਕ ਸੰਸਥਾ ਬਣੀ ਹੋਈ ਹੈ ਬਲੱਡ ਬੈਂਕ ਉਸ ਤੋਂ ਬਗੈਰ ਆਪਾਂ ਨਾ ਤਾਂ ਸੈੱਲ ਚੜਾ ਸਕਦੇ ਹਾਂ ਨਾ ਬਲੱਡ ਟ੍ਰਾਂਸਫਿਊਜ਼ ਕਰ ਸਕਦੇ ਹਾਂ ਅਸੀਂ ਉਹਨੂੰ ਬਲੱਡ ਭੇਜਦੇ ਹਾਂ ਉਹ ਟ੍ਰਾਂਸਮੈਚ ਕਰਦੇ ਹਾਂ ਫਿਰ ਉਹ ਸਾਨੂੰ ਦਿੰਦੇ ਆ ਫਿਰ ਅਸੀਂ ਚੜਾਉਂਦੇ ਹਾਂ ਅਸੀਂ ਪ੍ਰਾਈਵੇਟ ਤੌਰ ਤੇ ਅਸੀਂ ਸੈੱਲ ਕਿਸੇ ਲੈ ਨਹੀਂ ਸਕਦੇ ਨਾ ਅਸੀਂ ਬਲੱਡ ਕਿਸੇ ਨੂੰ ਲੈ ਕੇ ਚੜਾ ਸਕਦੇ ਉਹ ਅਸੀਂ ਪੂਰਾ ਨਾ ਡਾਟਾ ਦਿੰਦੇ ਹਾਂ ਪੂਰੀ ਅਸੀਂ ਉਹ ਫਾਰਮ ਭਰ ਕੇ ਦਿੰਦੇ ਹਾਂ ਸਾਈਨ ਕਰਕੇ ਦਿੰਦੇ ਹਾਂ ਮੋਹਰ ਲਾ ਕੇ ਦਿੰਦੇ ਹਾਂ ਤਾਂ ਉਹ ਸੈੱਲ ਦਿੰਦੇ ਨਹੀਂ ਅਦਰਵਾਈਜ਼ ਦਿੰਦੇ ਨਹੀਂ ਕਿਸੇ ਨੂੰ ਇਹ ਤੁਸੀਂ ਨਹੀਂ ਮੰਗਵਾ ਸਕਦੇ ਨਹੀਂ ਇਹ ਪੇਸ਼ੈਂਟ ਹੀ ਲੈ ਕੇ ਆਉਂਦੇ ਨੇ ਹਮੇਸ਼ਾ ਜੇ ਪੇਸ਼ੈਂਟ ਕਹਿੰਦੇ ਸਾਨੂੰ ਵੀ ਸਾਨੂੰ ਅਸਿਸਟ ਕਰ ਦਿਓ ਤੇ ਅਸੀਂ ਲੜਕਾ ਭੇਜ ਦੇਣਾ ਇਹ ਜਦੋਂ ਮੇਰੇ ਕੋਲ ਪਰਸੋਂ ਦੇ ਆਏ ਨੇ ਮੈਂ ਇੱਕ ਪੰਜੀ ਜਮ੍ਹਾਂ ਨਹੀਂ ਜੀ ਕਰਾਈ ਇਹਨਾਂ ਕੋਲ ਨਾ ਕੋਈ ਪੈਸਾ ਜਮ੍ਹਾਂ ਕਰਾਇਆ ਸੀਗਾ ਸਾਰੇ ਜਿੰਨੇ ਵੀ ਮੈਂ ਇਲਾਜ ਪੂਰਾ ਕਰ ਰਿਹਾ ਸੀਗਾ ਤੇ ਜਾਣ ਲੱਗੇ ਮੈਨੂੰ ਕਿਹਾ ਸੀ ਜ਼ਰੂਰ ਵੀ 10,000 ਦਾ ਬਿੱਲ ਬਣਦਾ ਹੈਗਾ ਤੁਸੀਂ ਥੋੜੇ ਬਹੁਤ ਪੈਸੇ ਜਮ੍ਹਾਂ ਕਰਾ ਦਿਓ ਉਹ ਕਹਿੰਦੇ ਅਸੀਂ ਕੋਈ ਨਹੀਂ ਕਰਾਉਣਾ ਪੈਸਾ ਜਮ੍ਹਾਂ ਵੀ ਅਸੀਂ ਬਾਅਦ ਪਹਿਲਾਂ ਦਾਖਲ ਕਰਾ ਲਈਏ ਮੈਂ ਚਲੋ ਜਿੰਨੇ ਹੈਗੇ ਥੋੜੇ ਬਹੁਤੇ ਕਰਾ ਦਿਓ ਫਿਰ ਉਹਨਾਂ 4-5,000 ਰੁਪਏ ਜਮ੍ਹਾਂ ਕਰਾਤਾ ਸੀ ਫਿਰ ਉਹ ਚਲੇ ਉਹਦੇ ਫਾਦਰ ਸਾਹਿਬ ਆਏ ਸੀ ਸੀਤਾਰਾਮ ਜੀ ਉਹਦਾ ਜੀ ਸਟੇਟਮੈਂਟ ਇਹਦੀ ਲਿਖਣੀ ਆ ਸਟੇਟਮੈਂਟ ਦੇਊਗਾ ਸਾਨੂੰ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਆ ਆਫਟਰ ਆਪਦਾ ਪੋਸਟਮਾਰਟਮ ਉਸ ਤੋਂ ਬਾਅਦ ਕਾਰਵਾਈ ਹੋਊਗੀ ਜਿਹੜੀ ਬਣਦੀ ਹੋਊਗੀ ਪਰਿਵਾਰ ਹੁਣ ਹਸਪਤਾਲ ਦੇ ਬਾਹਰ ਪਹੁੰਚਿਆ ਹੋਇਆ ਕੀ ਮੰਗ ਕੀ ਕਰ ਰਿਹਾ ਇਹ ਮੰਗ ਤੁਸੀਂ ਸੁਣੀ ਹੋਈ ਆ ਇਹ ਮੰਗ ਕਰ ਰਿਹਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਜ਼ਰੂਰ ਇਨਸਾਫ ਮਿਲੂਗਾ ਜੀ ਜਿਵੇਂ ਉਹ ਕਹਿ ਰਹੇ ਨੇ 3 ਦਿਨਾਂ ਤੋਂ ਇੱਥੇ ਐਡਮਿਟ ਸੀਗੇ ਬਿਲਕੁਲ ਠੀਕ ਸੀਗੇ ਉਸ ਤੋਂ ਬਾਅਦ
ਚੌਥੇ ਦਿਨ ਜਾ ਕੇ ਉਹਨਾਂ ਨੂੰ ਕਿਹਾ ਜਾਂਦਾ ਵੀ ਸੈੱਲ ਘਟ ਗਏ ਨੇ ਹੋਰ ਵੀ ਅਰੇਂਜ ਕਰੋ ਚਾਹੇ ਇਹਨੂੰ ਲੈ ਜਾਓ ਜੀ ਕਿਵੇਂ ਦੇਖਦੇ ਹੋ ਮਾਮਲਾ ਸਰ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੀ ਸਟੇਟਮੈਂਟ ਤੇ ਜੋ ਲਿਖਾਣਗੇ ਉਹਦੇ ਆਧਾਰ ਤੇ ਅੱਗੇ ਪੜਤਾਲ ਤੇ ਕਾਨੂੰਨੀ ਕਾਰਵਾਈ ਹੋਊਗੀ ਸਰ ਜਿਨ੍ਹਾਂ ਦਾ ਇਲਜ਼ਾਮ ਲੱਗ ਰਹੇ ਨੇ ਜਿਹੜੇ ਡਾਕਟਰ ਦੇ ਹਸਪਤਾਲ ਦੇ ਉਹਨਾਂ ਦੇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਸੰਪਰਕ ਹੋਇਆ ਕਾਲ ਕਰੀ ਸੀ ਉਹ ਕਹਿੰਦੇ ਅਸੀਂ ਜ਼ਰੂਰ ਆਪਣੇ ਆਉਂਦੇ ਹਾਂ ਪੜਤਾਲ ਲਈ ਤੇ ਜਦ ਨੂੰ ਇਹ ਪ੍ਰਵਾਸੀ ਵੀਰ ਇੱਥੇ ਆ ਗਏ ਤੇ ਜਦ ਫਿਰ ਮੈਨੂੰ ਵੀ ਆਉਣਾ ਪਿਆ ਜੀ ਸੁਨੋਚੀ ਕੁਮਾਰੀ ਆ ਜੀ ਉਮਰ ਹੈਗੀ ਉਹਦੀ 15 ਸਾਲ ਇਹ ਗਰਗ ਹੋਸਪਿਟਲ ਹੈ ਜੀ ਸਰ